ਹਲਾਤ ਐਸੇ ਸੀ ਕਿ ਘਰ ਉਜੜ ਰਹੇ ਸੀ ਤੇ ਸਿਵੇ ਆਬਾਦ ਹੋ ਰਹੇ ਸੀ ਕਿਉਂਕਿ ਉਹ ਦਰਦ ਆਪਣੀ ਕੌਮ ਦਾ ਹਮੇਸ਼ਾ ਸੀ ਛੋਟਾ ਕੱਲੂ ਕਾਰਾ ਵੱਡਾ ਕੱਲੂ ਕਾਰਾ ਆਪਣੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਭਾਈ ਸੁਖ ਸੁਭੇਗ ਸਿੰਘ ਸ਼ਹਾਬ ਸਿੰਘ ਸੁਖਾ ਸਿੰਘ ਮਹਿਤਾਬ ਸਿੰਘ ਭਾਈ ਮਣੀ ਸਿੰਘ ਜੀ ਐਸੀਆਂ ਸ਼ਖਸੀਅਤਾਂ ਨੂੰ ਅਜੇ ਤੱਕ ਭੁੱਲੇ ਨਹੀਂ ਤੇ ਇਹ ਤਾਂ ਕੇਵਲ ਕੁਝ 4-3-4 ਦਹਾਕੇ ਪਹਿਲਾਂ ਦੀਆਂ ਗੱਲਾਂ ਨੇ ਤੇ ਅਸੀਂ ਇਹ ਸਾਰਾ ਕੁਝ ਕਿਵੇਂ ਭੁੱਲ ਸਕਦੇ ਹਾਂ ਸਮੇਤ ਦੇ ਦੌਰ ਦੇ ਵਿੱਚ ਜਦੋਂ ਅਸੀਂ ਸਾਨੂੰ 47 ਦੀ ਗੱਲ ਕਰਦੇ ਆ ਤਾਂ ਸਿੱਖ ਕੌਮ ਨੇ ਸਾਲ 47 ਤੋਂ ਲੈ ਕੇ ਹੁਣ ਤੱਕ ਲਗਾਤਾਰ ਜਿ세 ਕਹੀਏ ਆਪਣਾ ਜੀਵਨ ਪੰਦ ਜਿਹੜਾ ਆ ਉਹ ਸੰਘਰਸ਼ ਦੀ ਪਿੰੜ ਵਿੱਚ ਹੀ گزارਿਆ ਹੈ 47 ਤੋਂ ਪਹਿਲਾਂ ਵੀ ਦੇਸ਼ ਦੀ ਆਜ਼ਾਦੀ ਦੇ ਖਾਤਰ ਬੇਤਹਾਸ਼ਾ ਕੁਰਬਾਨੀਆਂ ਤਸੀਹੇ ਤਸ਼ੱਦਦ ਸਾਕੇ ਮੋਰਚੇ ਜੇਲਾ ਭਰੀਆਂ ਬਹੁਤ ਕੁਝ ਹੋਇਆ ਜੇ 47 ਤੋਂ ਪਹਿਲਾਂ ਦੀ ਗੱਲ ਕਰਦੇ ਆ ਪਰ ਦੇਖੋ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਉਸਾਂ ਕੇ ਉਹ ਸ਼ਹੀਦियां ਉਹ ਤਸ਼ੱਦਦ ਉਹ ਜੇਲ੍ਹਾਂ ਜਿਸ ਜਿੱਥੇ ਐਸੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਤੇ 25000 ਲਾਸ਼ਾਂ ਜਿਹੜੀਆਂ ਨੇ ਉਹਦੀ شناخت ਕੀਤੀ ਉਸ ਵਿਅਕਤੀ ਨੂੰ ਵੀ ਲਾਸ਼ ਬਣਾ ਦਿੱਤਾ ਗਿਆ ਜਿਹਦਾ ਅਜੇ ਤੱਕ ਇਹ ਨਹੀਂ ਪਤਾ ਵੀ ਸਸਕਾਰ ਕਿੱਥੇ ਕੀਤਾ ਗਿਆ ਸੀ ਤੇ ਉਹਦੀ ਮੌਤ ਕਿਸ ਦਿਨ ਹੋਈ ਸੀ ਉਹਦੀ ਸ਼ਹੀਦੀ ਕਿਸ ਦਿਨ ਹੋਈ ਸੀ ਵਰਾਸਤ ਟੀਵੀ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਕੁਝ ਪਲ ਕਿਤਾਬ ਦੇ ਨਾਲ ਗੱਲ ਇੱਕ ਕਿਤਾਬ ਦੀ ਆਪ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਦੋਸਤੋ ਉਮੀਦ ਤੇ ਅਰਦਾਸ ਹੈ ਜਿੱਥੇ ਕਿਤੇ ਹੋਵੋਗੇ ਪ੍ਰਮਾਤਮਾ ਅਕਾਲ ਪੁਰਖ ਅੱਲਾਹ ਤਾਲਾ ਦੇ ਪਾਣੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੋਵੋਗੇ ਦੋਸਤੋ ਪ੍ਰੋਗਰਾਮ ਦੇ ਰਾਹੀਂ ਸਾਡੀ ਇੱਕ ਕੋਸ਼ਿਸ਼ ਹੈ ਕਿ ਤੁਹਾਨੂੰ ਕੁਝ ਉਮਦਾ ਕਿਤਾਬਾਂ ਉਮਦਾ ਸਾਹਿਤ ਦੇ ਰੂਪ ਰੂਪ ਕਰਾਇਆ ਜਾਵੇ ਜੋ ਸਾਡੇ ਜਿੱਥੇ ਜੀਵਨ ਦਾ ਮਾਰਗਦਰਸ਼ਕ ਬਣੇ ਉਹਤੇ ਸਾਨੂੰ ਆਪਣੇ ਇਤਿਹਾਸ ਆਪਣਾ ਵਿਰਸਾ ਆਪਣੀ ਵਿਰਾਸਤ ਆਪਣੇ ਸੱਭਿਆਚਾਰ ਆਪਣੇ ਸਮਾਜ ਦੀਆਂ ਆਪਣੀ ਕੌਮ ਦੀਆਂ ਆਪਣੇ ਇਲਾਕੇ ਦੀਆਂ ਕਦਰਾਂ ਕੀਮਤਾਂ ਦੇ ਨਾਲ ਜੋੜਨ ਦੇ ਵਿੱਚ ਇੱਕ ਵੱਡਾ ਯਤਨ ਹੋਵੇ ਵੱਡਾ ਉਪਰਾਲਾ ਕਰਦਾ ਹੋਵੇ ਸਾਹਿਤ ਦੀਆਂ ਬਹੁਤ ਸਾਰੀਆਂ ਸ਼ਿਫਾ ਹੁੰਦੀਆਂ ਨੇ ਅਲੱਗ-ਅਲੱਗ ਕਿਸਮ ਦਾ ਸਾਹਿਤ ਸਿਰਜਿਆ ਜਾਂਦਾ ਆ ਕੁਝ ਲਿਖਤਾਂ ਐਸੀਆਂ ਹੁੰਦੀਆਂ ਨੇ ਜੋ ਸ਼ਾਹਕਾਰ ਬਣ ਜਾਂਦੀਆਂ ਨੇ ਕੁਝ ਲਿਖਤਾਂ ਐਸੀਆਂ ਹੁੰਦੀਆਂ ਨੇ ਜੋ ਸਾਨੂੰ ਕੇਵਲ ਰੋਮਾਂਚਿਤ ਕਰਦੀਆਂ ਨੇ ਪਰ ਕੁਝ ਐਸੀਆਂ ਜੋ ਸਮੇਂ ਦੇ ਐਸੇ ਕਾਲੇ ਸੱਚ ਦੇ ਰੂਪ ਰੂ ਕਰ ਦਿੰਦਿਆਂ ਨੇ ਜਿਨ੍ਹਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਸਮੇਂ ਦੇ ਹਾਕਮਾਂ ਨੇ ਜਾਂ ਜੋ ਸੱਤਾ ਉੱਤੇ ਕਾਬਜ਼ ਸੀ ਝੂਠੇ ਬਿਰਤਾਂਤ ਸਿਰਜ ਕੇ ਨਰੈਟਿਵ ਬਣਾ ਕੇ ਉਹਨਾਂ ਸੱਚ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਹੁੰਦੀ ਹੈ ਪਰ ਜੇ ਸਮਾਂ ਬੀਤਦਾ ਜਾ ਸੱਚ ਪੁਰਾਣਾ ਹੋਵੇ ਨਹੀਂ ਸੀਤਾ ਕਦੇ ਨਾ ਪਾਟੇ ਆਖਰ ਸੱਚ ਪ੍ਰਗਟ ਹੁੰਦਾ ਹੈ ਸਮਾਂਦਰ ਸਮਾਂ ਭਾਵੇਂ ਕਿ ਸਮਾਂ ਲੱਗਦਾ ਹੈ ਪਰ ਇੱਕ ਸਮਾਂ ਐਸਾ ਹੁੰਦਾ ਹੈ ਕਿ ਜਦੋਂ ਹਰੇਕ ਮਨੁੱਖ ਹਰੇਕ ਇਨਸਾਨ ਜਿਸ ਸੰਬੰਧਤ ਕੌਮ ਧਰਮ ਕਬੀਲਾ ਉਸ ਸੱਚ ਨੂੰ ਪਛਾਣ ਲੈਂਦਾ ਆ ਜਿਸ ਸੱਚ ਨੂੰ ਲੁਕਾ ਦਿੱਤਾ ਗਿਆ ਜਿਸ ਸੱਚ ਨੂੰ ਛੋਟਾ ਕਰਨ ਦੇ ਵਾਸਤੇ ਝੂਠ ਜਾਂ ਝੂਠੇ ਬਿਰਤਾਂਤ ਵੱਡੇ ਵੱਡੇ ਸਿਰਜ ਦਿੱਤੇ ਗਏ ਸਮੇਂ ਦੇ ਦੌਰ ਦੇ ਵਿੱਚ ਜਦੋਂ ਅਸੀਂ ਸਨ 47 ਦੀ ਗੱਲ ਕਰਦੇ ਆ ਤਾਂ ਸਿੱਖ ਕੌਮ ਨੇ ਸਨ 47 ਤੋਂ ਲੈ ਕੇ ਹੁਣ ਤੱਕ ਲਗਾਤਾਰ ਜਿ세 ਕਹੀਏ ਆਪਣਾ ਜੀਵਨ ਪੰਧ ਜਿਹੜਾ ਆ ਉਸ ਸੰਘਰਸ਼ ਦੀ ਪੜ ਵਿੱਚ ਹੀ گزارਿਆ ਆ 47 ਤੋਂ ਪਹਿਲਾਂ ਵੀ ਦੇਸ਼ ਦੀ ਆਜ਼ਾਦੀ ਦੇ ਖਾਤਰ ਬੇਤਹਾਸ਼ਕ ਕੁਰਬਾਨੀਆਂ ਤਸੀਹੇ ਤਸ਼ੱਦਦ ਸਾਕੇ ਮੋਰਚੇ ਜੇਲ੍ਹਾਂ ਭਰੀਆਂ ਬਹੁਤ ਕੁਝ ਹੋਇਆ ਜੇ 47 ਤੋਂ ਪਹਿਲਾਂ ਦੀ ਗੱਲ ਕਰਦੇ ਆ ਪਰ ਦੇਖੋ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਉਹ ਸਾਕੇ ਉਹ ਸ਼ਹੀਦੀਆਂ ਉਹ ਤਸ਼ੱਦਦ ਉਹ ਜੇਲ੍ਹਾਂ ਉਹ ਉਸੇ ਤਰ੍ਹਾਂ ਹੀ ਚੱਲਦੀਆਂ ਰਹੀਆਂ ਸਨ 1984 ਤੱਕ ਤੇ ਹੁਣ ਵੀ ਉਸੇ ਤਰ੍ਹਾਂ ਹੀ ਚਾਹੇ ਕਿਸਾਨੀ ਅੰਦੋਲਨ ਦੇ ਰੂਪ ਦੇ ਵਿੱਚ ਹੋਵੇ ਕਿਤੇ ਨਾ ਕਿਤੇ ਕਹਿ ਲੋ ਕਿ ਪੰਜਾਬੀ ਕੌਮ ਜੋ ਪੰਜਾਬ ਦੇ ਵਸਿੰਦੇ ਅੱਜ ਵੀ ਆਪਣੇ ਹੱਕਾਂ ਦੇ ਵਾਸਤੇ ਉਸੇ ਹੀ ਜਦੋਜਾਦ ਵਿੱਚ ਸ਼ਾਮਲ ਨੇ ਜਿਹੜੀ 47 ਤੋਂ ਪਹਿਲਾਂ ਸੀ ਜਾਂ 47 ਤੋਂ ਬਾਅਦ ਜਾਂ 84 ਤੋਂ ਬਾਅਦ ਜਾਂ ਪੰਜਾਬੀ ਸੂਬਾ ਮੋਰਚਾ ਤੋਂ ਬਾਅਦ ਸੋ ਇਸੇ ਹੀ ਵਿਸ਼ੇ ਉੱਤੇ ਜਦੋਂ ਖਾਸ ਤੌਰ ਤੇ ਗੱਲ ਜੂਨ 1984 ਤੋਂ ਲੈ ਕੇ ਸਾਲ 1995 ਤੱਕ ਦੀ ਹੁੰਦੀ ਹੈ ਤੇ ਇਹਨੂੰ ਕਾਲਾ ਦੌਰ ਕਿਹਾ ਜਾਂਦਾ ਹੈ ਇਹਨੂੰ ਖੜਕੂਵਾਦ ਦਾ ਦੌਰ ਵੀ ਕਿਹਾ ਜਾਂਦਾ ਹੈ ਪਰ ਦੂਜੇ ਪਾਸੇ ਸਰਕਾਰੀ ਭਾਸ਼ਾ ਵਿੱਚ ਇਹਨੂੰ ਅੱਤਵਾਦ ਕਿਹਾ ਜਾਂਦਾ ਹੈ ਉਹ ਕਿੰਨਾ ਸਹੀ ਸੀ ਕਿੰਨਾ ਗਲਤ ਸੀ ਅਲੱਗ-ਅਲੱਗ ਵਿਅਕਤੀ ਨੂੰ ਜਦੋਂ ਅਸੀਂ ਉਹਦੇ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਰ ਇੱਕ ਦਾ ਆਪੋ ਆਪਣਾ ਨਜ਼ਰੀਆ ਹੈ ਪਰ ਸੱਚ ਕੀ ਸੀ ਹਰ ਇੱਕ ਮਨੁੱਖ ਦੇ ਕੋਲ ਇਹ ਅਧਿਕਾਰ ਹੈ ਕਿ ਉਹ ਆਪਣੇ ਹਿਸਾਬ ਦੇ ਨਾਲ ਆਪਣੀ ਗੱਲ ਨੂੰ ਸੋਚ ਸਕਦਾ ਹੈ ਪਰ ਕਿਤੇ ਨਾ ਕਿਤੇ ਜਿਹੜਾ ਵੀ ਵਿਅਕਤੀ ਆਪਣੇ ਦਾਇਰੇ ਤੋਂ ਹਟ ਕੇ ਨਿਰਪੱਖ ਹੋ ਕੇ ਜਦੋਂ ਕਿਸੇ ਚੀਜ਼ ਉੱਤੇ ਫੈਸਲਾ ਕਰਦਾ ਹੈ ਤਾਂ ਉਹ ਸੂਖਮ ਸੱਚ ਤੱਕ ਪਹੁੰਚ ਜਾਂਦਾ ਹੈ ਜਿਸ ਕਿਤਾਬ ਦਾ ਅੱਜ ਮੈਂ ਖਾਸ ਤੌਰ ਤੇ ਜ਼ਿਕਰ ਕਰਨ ਲੱਗਾ ਹਾਂ ਇਹ ਉਸ ਪੀਰੀਅਡ ਦੇ ਵਿੱਚ ਉਸ ਸਮਾਕਾਲ ਦੌਰਾਨ ਜੋ ਕੁਝ ਵਾਪਰਿਆ ਪੰਜਾਬ ਦੀ ਧਰਤੀ ਤੇ ਜਿਹਨੂੰ ਕਾਲਾ ਦੌਰ ਕਹਿ ਲਿਆ ਗਿਆ ਜਿਹਨੂੰ ਬਲੈਕ ਕੈਟਾਂ ਦੀ ਗੱਲ ਕੀਤੀ ਗਈ ਜਿੱਥੇ ਖੜਕੂ ਵਾਅਦੇ ਦੀ ਗੱਲ ਕੀਤੀ ਗਈ ਸਰਕਾਰੀ ਭਾਸ਼ਾ ਵਿੱਚ ਉਹਨੂੰ ਅਤਵਾਦ ਗਰਦਾਨਿਆ ਗਿਆ ਜਿੱਥੇ ਝੂਠੇ ਪੁਲਿਸ ਮੁਕਾਬਲੇ ਹੁੰਦੇ ਗਏ ਜਿੱਥੇ ਸੱਚੇ ਕੁਝ ਤੇ ਝੂਠੇ ਬਹੁਤੇ ਹੋਏ ਜਿੱਥੇ ਲੋਕਾਂ ਨੂੰ ਗਮਰਾਹ ਕੀਤਾ ਗਿਆ ਜਿੱਥੇ ਇਸ ਲਹਿਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਜਿੱਥੇ ਐਸੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਤੇ 25000 ਲਾਸ਼ਾਂ ਜਿਹੜੀਆਂ ਨੇ ਉਹਦੀ ਸ਼ਨਾਖਤ ਕੀਤੀ ਉਸ ਵਿਅਕਤੀ ਨੂੰ ਵੀ ਲਾਸ਼ ਬਣਾ ਦਿੱਤਾ ਗਿਆ ਜਿਹਦਾ ਅਜੇ ਤੱਕ ਇਹ ਨਹੀਂ ਪਤਾ ਵੀ ਸਸਕਾਰ ਕਿੱਥੇ ਕੀਤਾ ਗਿਆ ਸੀ ਤੇ ਉਹਦੀ ਮੌਤ ਕਿਸ ਦਿਨ ਹੋਈ ਸੀ ਉਹਦੀ ਸ਼ਹੀਦੀ ਕਿਸ ਦਿਨ ਹੋਈ ਸੀ ਖੈਰ ਕਿਤਾਬ ਲਿਖੀ ਹੈ ਗੁਰਦਾਸਪੁਰ ਤੋਂ ਬਹੁਤ ਸਤਿਕਾਰਯੋਗ ਸ਼ਖਸੀਅਤ ਡਾਕਟਰ ਗੁਰਬੀਰ ਸਿੰਘ ਹੁਣ ਵੱਲੋਂ ਲਿਖੀ ਹੋਈ ਹੈ ਡਾਕਟਰ ਗੁਰਬੀਰ ਸਿੰਘ ਹੁਣੀ ਜੋ ਕਿ ਸਾਹਿਤਕ ਪੱਖ ਤੇ ਜਾਂ ਸਾਹਿਤ ਖੇਤਰ ਦੇ ਵਿੱਚ ਚੰਗਾ ਨਾਮ ਬਣਾ ਰਹੇ ਨੇ ਔਰ ਇਹ ਜਿਹੜਾ ਉਹਨਾਂ ਦਾ ਪਹਿਲਾ ਨਾਵਲ ਸੀਗਾ ਤੇ ਉਹਦੇ ਨਾਲ ਯੋਗਤਾਵਾਂ ਦੀ ਗੱਲ ਕਰੀਏ ਐਮਏ ਪੰਜਾਬੀ ਐਮਏ ਅੰਗਰੇਜ਼ੀ ਐਮਏ ਇਤਿਹਾਸ ਤੇ ਐਮਏ ਪਬਲਿਕ ਐਡਮਿਨਿਸਟ੍ਰੇਸ਼ਨ ਲਗਭਗ 4 ਐਮਏ ਉਹਨਾਂ ਨੇ ਸਟੱਡੀ ਕੀਤੀ ਹੈ ਤੇ ਨਾਲ ਦੇ ਨਾਲ ਬੀਐਚ ਐਮਐਸਸੀ ਤੇ ਬੀਪੀਟੀ ਬਤੌਰ ਹੋਮੀਓਪੈਥਿਕ ਡਾਕਟਰ ਉਹ ਆਪਣੀਆਂ ਸੇਵਾਵਾਂ ਦੇ ਰਹੇ ਨੇ ਤੇ ਕਿਤਾਬ ਦਾ ਨਾਮ ਹੈ ਬਲਦੇਰਾ ਇੱਕ ਨਾਵਲ ਨੁਮਾ ਕਹਾਣੀ ਹੈ ਔਰ ਇਹ ਕਹਾਣੀ ਉਸ ਦੌਰ ਦੀ ਬਾਤ ਪਾਉਂਦੀ ਹੈ ਜਦੋਂ ਇਹ ਸਾਰਾ ਕੁਝ ਵਾਪਰ ਰਿਆ ਸੀ ਨਾਮ ਹਾਵਾ ਸਾਰਾ ਕੁਝ ਕਲਪਨਿਕ ਹੈ ਪਰ ਘਟਨਾਵਾਂ ਉਹ ਸਾਨੂੰ ਉਸ ਦੌਰ ਦਾ ਚੇਤਾ ਕਰਾ ਦਿੰਦੀਆਂ ਨੇ ਸਾਨੂੰ ਉਸ ਦੌਰ ਵਿੱਚ ਲੈ ਜਾਂਦੀਆਂ ਨੇ ਤੇ ਜਿਹੜੀ ਪਾਤਰ ਉਹ ਸਾਰੀ ਹੈ ਉਹ ਵੀ ਬਾਕਮਾਲ ਹੈਗੀ ਹੈ ਪਾਤਰਾਂ ਦੀ ਆਪਸੀ ਗੁਫ਼ਤਗੋ ਜਿਹੜੀ ਹੈ ਉਹ ਸਾਨੂੰ ਵੀ ਕਿਤਨਾ ਕਿਤੇ ਸਾਡੇ ਜਿਹੜੇ ਦਿਮਾਗ ਦੀ ਕਸਰਤ ਕਰਵਾਉਂਦੀ ਹੈ ਜਿਨ੍ਹਾਂ ਨੇ ਤਾਂ ਉਸ ਸਮੇਂ ਨੂੰ ਹੰਡਾਇਆ ਉਹਨਾਂ ਦੀ ਵੀ ਸਾਡੇ ਵਰਗੇ ਜਿਹੜੇ ਉਸ ਸਮੇਂ ਤੋਂ ਬਾਅਦ ਵਿੱਚ ਹੋਏ ਸੀਗੇ ਪਰ ਉਸ ਬਾਰੇ ਬਹੁਤ ਪੜਿਆ ਸੁਣਿਆ ਜਾਂ ਮਹਿਸੂਸ ਕੀਤਾ ਕਿਉਂਕਿ ਉਹ ਦਰਦ ਆਪਣੀ ਕੌਮ ਦਾ ਹਮੇਸ਼ਾ ਅਸੀਂ ਛੋਟਾ ਕੱਲੂ ਕਾਰਾ ਵੱਡਾ ਕੱਲੂ ਕਾਰਾ ਆਪਣੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਭਾਈ ਸੁਖ ਸੁਬੇਗ ਸਿੰਘ ਸ਼ਹਾਬ ਸਿੰਘ ਸੁਖਾ ਸਿੰਘ ਮਹਿਤਾਬ ਸਿੰਘ ਭਾਈ ਮਣੀ ਸਿੰਘ ਜੀ ਐਸੀਆਂ ਸ਼ਖਸੀਅਤਾਂ ਨੂੰ ਅਜੇ ਤੱਕ ਭੁੱਲੇ ਨਹੀਂ ਤੇ ਇਹ ਤਾਂ ਕੇਵਲ ਕੁਝ 4 3 4 ਦਹਾਕੇ ਪਹਿਲਾਂ ਦੀਆਂ ਗੱਲਾਂ ਨੇ ਤੇ ਅਸੀਂ ਇਹ ਸਾਰਾ ਕੁਝ ਕਿਵੇਂ ਭੁੱਲ ਸਕਦੇ ਹਾਂ ਕਿਉਂਕਿ ਅਸੀਂ ਤਾਂ ਉਸ ਦੌਰ ਵਿੱਚ ਵੀ ਨਹੀਂ ਸੀ ਹੈਗੇ ਪਰ ਜਦੋਂ ਇਤਿਹਾਸ ਸਾਂਭਿਆ ਜਾਂਦਾ ਹੈ ਇਤਿਹਾਸ ਲਿਖਿਆ ਜਾਂਦਾ ਹੈ ਤੇ ਅਸੀਂ ਉਸ ਇਤਿਹਾਸ ਦੇ ਰੂਪ ਰੂਪ ਹੁੰਨੇ ਆ ਤੇ ਉਹ ਸਾਡੇ ਜ਼ਿਹਨ ਦੇ ਵਿੱਚ ਇੱਕ ਡੂੰਗੀ ਛਾਪ ਛੱਡ ਜਾਂਦਾ ਹੈ ਖੈਰ ਬੜਾ ਸਪਸ਼ਟ ਨੋਟ ਦਿੱਤਾ ਹੈ ਕਿਤਾਬ ਦੇ ਵਿੱਚ ਕਿਸ ਨਾਵਲ ਦੇ ਸਾਰੇ ਪਾਤਰ ਤੇ ਘਟਨਾਵਾਂ ਕਲਪਨਿਕ ਨੇ ਫਿਰ ਵੀ ਕੋਈ ਘਟਨਾ ਸਥਾਨ ਜਾਂ ਪਾਤਰ ਕਿਸੇ ਨਾਲ ਮਿਲਦੇ ਹੋਣ ਤਾਂ ਪ੍ਰਕਾਸ਼ਕ ਲੇਖਕ ਤੇ ਛਾਪਕ ਕਿਸੇ ਕਿਸਮ ਦੇ ਜ਼ਿੰਮੇਵਾਰ ਨਹੀਂ ਹੋਣਗੇ ਇਹ ਜ਼ਰੂਰੀ ਹੁੰਦਾ ਕਿਉਂਕਿ ਸਾਰਾ ਕੁਝ ਕਥਾਨਕ ਜਿਹੜਾ ਹੈ ਉਹ ਕਲਪਨਿਕ ਹੈ ਪਰ ਤੁਸੀਂ ਉਸ ਦੌਰ ਨੂੰ ਬਹੁਤ ਨੇੜੇ ਤੋਂ ਮਹਿਸੂਸ ਕਰ ਸਕਦੇ ਹੋ ਕਿਤਾਬ ਇਹ ਨਾਵਲ ਸਮਰਪਿਤ ਕੀਤਾ ਹੈ ਲੇਖਕ ਨੇ ਹਰ ਉਸ ਮਾਂ ਨੂੰ ਸਮਰਪਿਤ ਹੈ ਜਿਨ੍ਹਾਂ ਦੇ ਜਵਾਨ ਪੁੱਤ ਇਸ ਕਾਲੇ ਦੌਰ ਦੀ ਪੇਟ ਚੜ ਗਏ ਉਹਦੇ ਬਾਅਦ ਇਹ ਨਾਵਲ ਜਿਹੜਾ ਆ ਸ਼ੁਰੂਆਤ ਹੁੰਦਾ ਹੈ ਕੁਝ ਲਫ਼ਜ਼ ਆਪਣੇ ਵੱਲੋਂ ਨੇ ਕੁਝ ਡਾਕਟਰ सुरेंद्र ਸਿੰਘ ਸ਼ਾਂਤਵਾਲ ਨੇ ਲਿਖਿਆ ਹੋਇਆ ਹੈ ਕੁੱਲ ਪੰਨਿਆਂ ਦੀ ਗੱਲ ਕਰੀ ਤੇ 179 ਪੰਨਿਆਂ ਉੱਤੇ ਇਹ ਨਾਵਲ ਹੈ ਜਿਹਦੇ ਵਿੱਚ ਇਹ ਦੀ ਜਿਹੜੀ ਘਟਨਾयां ਜੋ ਇੱਕ ਕਹਾਣੀ ਹੈ ਉਹਨੂੰ 40 ਕਾਂਡਾਂ ਦੇ ਵਿੱਚ ਤਰਤੀਬ ਦਿੱਤੀ ਹੋਈ ਹੈ ਔਰ ਲਗਾਤਾਰ ਸ਼ੁਰੂ ਹੋਣ ਤੋਂ ਬਾਅਦ ਇਹ ਨਾਵਲ ਚੱਲਦਾ ਹੈ ਤੇ ਪਾਠਕ ਦੇ ਅੰਦਰ ਇੱਕ ਖਿੱਚ ਬਣੀ ਰਹਿੰਦੀ ਹੈ ਕਿਉਂਕਿ ਇੱਥੇ ਜ਼ਿਕਰ ਕੇਵਲ ਤੇ ਕੇਵਲ ਇੱਕ ਪਰਿਵਾਰ ਦੇ ਨਾਲ ਕੀ ਵਾਪਰ ਰਿਹਾ ਆ ਉਦਯਾ ਪਰ ਜਦੋਂ ਅਸੀਂ ਉਹਨੂੰ ਮਹਿਸੂਸ ਕਰਦੇ ਹਾਂ ਤੇ ਇਸ ਕਿਤਾਬ ਦੇ ਵਿੱਚ ਇੱਕ ਬੜਾ ਪਿਆਰਾ ਡੈਲਗ ਹੈ ਕਿ ਹਾਲਾਤ ਐਸੇ ਸੀ ਕਿ ਘਰ ਉਜੜ ਰਹੇ ਸੀ ਤੇ ਸਵੇ ਆਬਾਦ ਹੋ ਰਹੇ ਸੀ ਸੋ ਇਸ ਗੱਲ ਤੋਂ ਇਹ ਅੰਦਾਜ਼ਾ ਲਾ ਸਕਦੇ ਹਾਂ ਜੇ ਆਪਣੇ ਬਜ਼ੁਰਗਾਂ ਤੋਂ ਪੁੱਛ ਕੇ ਇਸ ਸੱਚ ਦੇ ਵਾਹਵਾ ਕਰੀਂ ਜਾ ਸਕਦੇ ਆ ਕਿ ਇਹ ਕਿੰਨਾ ਕੁ ਸੱਚ ਹੈ ਤੇ ਤੁਹਾਨੂੰ ਇਹਦਾ ਜਵਾਬ ਆਪਣੇ ਬਜ਼ੁਰਗਾਂ ਤੋਂ ਆਪਣੇ ਵਡੇਰਿਆਂ ਤੋਂ ਬੜੇ ਸਪਸ਼ਟ ਮਿਲ ਜਾਊਗਾ ਕਿ ਇਹਦੇ ਵਿੱਚ 100% ਦੀ ਇਹ ਸੱਚੀ ਗੱਲ ਹੈ ਕਿ ਘਰ ਉਜੜ ਰਹੇ ਸੀ ਤੇ ਸਵੇ ਆਬਾਦ ਹੋ ਰਹੇ ਸੀ ਨਾਵਲ ਦੀ ਕਹਾਣੀ ਨਾਵਲ ਦੀ ਜਿਹੜੀ ਪਾਤਰ ਉਸਾਰੀ ਹੈ ਨਾਵਲ ਦਾ ਬਿਰਤਾਂਤ ਜਿਹੜਾ ਆ ਪੁਲਸੀਆ ਤਸ਼ੱਦਦ ਦੀ ਗੱਲ ਹੈ ਝੂਠੇ ਪੁਲਿਸ ਮੁਕਾਬਲਿਆਂ ਦੀ ਗੱਲ ਹੈ ਔਰ ਕਿਸ ਟਾਂਗ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਗੱਲ ਹੈ ਕਿਸ ਤਰ੍ਹਾਂ ਸਿੱਖ ਬੱਚੀਆਂ ਦੇ ਨਾਲ ਕੀਤੇ ਗਏ ਬਲਾਤਕਾਰ ਲੁੱਟੀਆਂ ਗਈਆਂ ਇੱਜ਼ਤਾਂ ਤੇ ਹੋਰ ਜਿਹੜੀਆਂ ਜ਼ਮੀਨਾਂ ਉੱਤੇ ਨਜਾਇਜ਼ ਕਬਜ਼ੇ ਨਿੱਜੀ ਰੰਜ਼ਸ਼ਬਾਜ਼ੀਆਂ ਸਰਕਾਰੀ ਸਿਸਟਮ ਪੁਲਿਸ ਮਹਿਕਮਾ ਜਾਂ ਹਰ ਕਿਸੇ ਪਖ ਤੋਂ ਉੱਥੇ ਨਾਲ ਦੇ ਨਾਲ ਖਾਸ ਦਰਤ ਇਹ ਮੈਂ ਦੱਸਣਾ ਚਾਹਾਂਗਾ ਕਿ ਤਲਵਾਰ ਜਾਂ ਕਲਮ ਦੋਨੋਂ ਵਿੱਚੋਂ ਕਿਹੜੀ ਚੀਜ਼ ਜਿਹੜੀ ਹੈ ਉਹ ਵਧੀਆ ਕੰਮ ਕਰ ਸਕਦੀ ਹੈ ਪਾਠਕ ਆਪਣੇ ਆਪ ਜਿਹੜੇ ਆ ਇਸ ਸਿੱਟੇ ਉੱਤੇ ਵੀ ਪਹੁੰਚ ਜਾਂਦੇ ਆ ਪਰ ਨਾਵਲ ਪੜਨ ਤੋਂ ਬਾਅਦ ਮੈਂ ਨਹੀਂ ਦੱਸਾਂਗਾ ਕਿ ਹਥਿਆਰ ਚੁੱਕਣਾ ਜਾਇਜ਼ ਸੀਗਾ ਜਾਂ ਕਲਮ ਦੀ ਲੜਾਈ ਲੜਨੀ ਇੱਕ ਸਹੀ ਟਾਂਗ ਹੋ ਸਕਦਾ ਹੈ ਇਹਨਾਂ ਦੋਨਾਂ ਵਿੱਚੋਂ ਸਹੀ ਕਿਹੜਾ ਸੀਗਾ ਜਾਂ ਦੋਵੇਂ ਸਹੀ ਸੀ ਜਾਂ ਦੋਵੇਂ ਗਲਤ ਜਾਂ ਫੈਸਲੇ ਮੌਕੇ ਮੁਤਾਬਕ ਕੀਤੇ ਜਾਂਦੇ ਆ ਵੀ ਜਦੋਂ ਹਾਲਾਤ ਐਸੇ ਬਣ ਜਾਂਦੇ ਕਿ ਉਦੋਂ ਕਲਮ ਚੁੱਕਣੀ ਹੈ ਕਿ ਹਥਿਆਰ ਚੁੱਕਣਾ ਹੈ ਉਹਦਾ ਜਵਾਬ ਪਾਠਕ ਆਪਣੇ ਜ਼ਿਹਨ ਦੇ ਵਿੱਚ ਆਪ ਲੱਭ ਲੈਂਦਾ ਹੈ ਜਦੋਂ ਇਹ ਨਾਵਲ ਮੁਕੰਮਲ ਪਹੁੰਚਦਾ ਹੈ ਜਿੱਥੇ ਬਹੁਤ ਸਾਰੀਆਂ ਸਿਸਟਮ ਦੀਆਂ ناکਾਮੀਆਂ ਦੀ ਗੱਲ ਹੈ ਉੱਥੇ ਕੋਈ ਹਰਿਆ ਬੂਟ ਰਹੀ ਹੋਰੀ ਇਸ ਨਾਵਲ ਦੇ ਪਾਤਰਾਂ ਦੇ ਵਿੱਚੋਂ ਹੀ ਮੈਂ ਇੱਕ ਪਾਤਰ ਦੀ ਗੱਲ ਕਰਾਂ ਕਿ ਜਰਨੈਲ ਸਿੰਘ ਜੋ ਕਿ ਪੁਲਿਸ ਮੁਲਾਜ਼ਮ ਹੈ ਉਹਦੀਆਂ ਜੋ ਪੰਥਕ ਸੇਵਾਵਾਂ ਨੇ ਕੋਈ ਗੁਰਸਿੱਖ ਹੈ ਉਹਦੇ ਅੰਦਰ ਜੋ ਕੰਮ ਪ੍ਰਤੀ ਦਰਦ ਹੈ ਜਾਂ ਉਹ ਜੋ ਨਜਾਇਜ਼ ਹੁੰਦਾ ਦੇਖ ਰਿਹਾ ਆ ਤੇ ਉਹ ਆਪਣਾ ਫਰਜ਼ ਕਿਵੇਂ ਪੂਰਾ ਕਰਦਾ ਆ ਪਰ ਉਹਦੇ ਨਾਲ ਕੀ ਵਾਪਰਦੀ ਹੈ ਉਹ ਕਿਤਾਬ ਪੜਿਆਂ ਪਤਾ ਲੱਗਦਾ ਆ ਸੋ ਓਵਰਆਲ ਅਸੀਂ ਮੈਂ ਸਮਝ ਸਕਦਾ ਹਾਂ ਵੀ ਇਹ ਨਾਵਲ ਆਪਣੇ ਆਪ ਦੇ ਵਿੱਚ ਇੱਕ ਨਾਵਲ ਹੀ ਨਹੀਂ ਬਲਕਿ ਇੱਕ ਇਤਿਹਾਸਕ ਨਾਵਲ ਹੋ ਨਿਬੜਦਾ ਆ ਜਦੋਂ ਅਸੀਂ ਇਸ ਨਾਵਲ ਨੂੰ ਪੜਦੇ ਹਾਂ ਤੇ ਨਾਮ ਮੈਂ ਦੱਸ ਚੁੱਕਿਆ ਕਿ ਬਲਦੇ ਰਾ ਤੇ ਪ੍ਰਕਾਸ਼ਕ ਸਤਰਸ਼ੀ ਪਬਲਿਕੇਸ਼ਨ ਵੱਲੋਂ ਇਹਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ ਔਰ ਇਹਦਾ ਜਿਹੜਾ ਅਸੀਂ ਮੈਂ ਪਹਿਲੇ ਐਡੀਸ਼ਨ ਦੀ ਗੱਲ ਕਰਾਂ ਤੇ ਪਹਿਲਾ ਐਡੀਸ਼ਨ ਸਾਲ 2023 ਵਿੱਚ ਪ੍ਰਕਾਸ਼ਿਤ ਹੋਇਆ ਆ ਤੇ ਕੁੱਲ ਮਿਲਾ ਕੇ ਇਹ ਨਾਵਲ ਵਾਕਈ ਹੀ ਪੜਨੋ ਯੋਗ ਹੈ ਮੈਂ ਆਪਣੇ ਦਰਸ਼ਕਾਂ ਤੇ ਪਾਠਕਾਂ ਨੂੰ ਖਾਸ ਤੌਰ ਤੇ ਦੱਸਣਾ ਚਾਹੁੰਦਾ ਕਿ ਇਸੇ ਹੀ ਸਿਰਫ ਦਾ ਇੱਕ ਨਾਵਲ ਤਵੀ ਤੋਂ ਤਲਵਾਰ ਤੱਕ ਜੋ ਕਿ ਸ਼ਿਵਚਰਨ ਜੱਗੇ ਕੁਸਾ ਵੱਲੋਂ ਲਿਖਿਆ ਹੋਇਆ ਹੈ ਸੀਗਾ ਅਸੀਂ ਰਿਵਿਊ ਉਹਦਾ ਵੀ ਪਾਇਆ ਹੋਇਆ ਉਸ ਲੈਵਲ ਦਾ ਮੈਂ ਸਮਝਦਾ ਵੀ ਇਹ ਦੂਸਰਾ ਨਾਵਲ ਹੈ ਜੋ ਆਪਣੇ ਵਿਸ਼ਾ ਵਸਤੂ ਦੇ ਵਿੱਚ ਪੂਰੀ ਤਰ੍ਹਾਂ ਸਫਲ ਹੋਇਆ ਹੈ ਸੋ ਜਿਹੜਾ ਆਥਰ ਹੈ ਲੇਖਕ ਹੈ ਉਹਨੂੰ ਅਸੀਂ ਇਸ ਗੱਲ ਦੀ ਵਧਾਈ ਵੀ ਦਿੰਦੇ ਹਾਂ ਤੇ ਉਮੀਦ ਕਰਦਾ ਕਿ ਇਸ ਨਾਵਲ ਦੇ ਬਾਰੇ ਜਿੰਨੀ ਕੋਈ ਚਰਚਾ ਕੀਤੀ ਗਈ ਹੈ ਆਪ ਸਾਰੇ ਦਰਸ਼ਕਾਂ ਨੂੰ ਪਸੰਦ ਆਈ ਹੋਵੇਗੀ ਸੋ ਜ਼ਰੂਰ ਕੋਸ਼ਿਸ਼ ਕਰਿਓ ਕਿ ਗਾਹ ਬਗਾਹੇ ਜਦੋਂ ਕੋਈ ਨਵੀਂ ਕਿਤਾਬ ਲੈਣ ਜਾਓ ਤਾਂ ਬਲਦੇਰਾ ਲੇਖਕ ਡਾਕਟਰ ਗੁਰਬੀਰ ਸਿੰਘ ਪ੍ਰਕਾਸ਼ਕ ਸप्त ਰਿਤੀ ਸप्तऋषि ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤਾ ਹੋਇਆ ਤੁਸੀਂ ਇਹਦੀ ਡਿਮਾਂਡ ਕਰ ਸਕਦੇ ਹੋ ਔਰ ਪੜ੍ਹ ਕੇ ਤੁਸੀਂ ਜਿਹੜਾ ਇਹ ਮਹਿਸੂਸ ਨਹੀਂ ਕਰੋਗੇ ਕਿ ਸਮਾਂ ਖਰਾਬ ਹੋਇਆ ਬਲਕਿ ਤੁਸੀਂ ਇਤਿਹਾਸ ਦੇ ਬਹੁਤ ਨੇੜੇ ਜਾਓਗੇ ਤੇ ਅੱਜ ਫਿਰ ਤੁਹਾਡੇ ਜ਼ਿਹਨ ਦੇ ਵਿੱਚ ਉਹ ਸਵਾਲ ਪੈਦਾ ਹੋਣਗੇ ਵੀ ਕਿਉਂ ਵਾਪਰਿਆ ਸੀ ਤੇ ਕੀ ਜੋ ਕੁਝ ਹੋ ਗਿਆ ਉਦਾ ਇਨਸਾਫ ਅਸੀਂ ਕਿਵੇਂ ਲੈ ਸਕਦੇ ਹਾਂ ਕੀ ਟੰਗ ਹੋਣਾ ਚਾਹੀਦਾ ਕਿ ਸਮੁੱਚੀ ਕੌਮ ਜਿਹੜੀ ਹੈ ਜੋ ਵੱਖ-ਵੱਖ ਧੜਿਆਂ ਵਿੱਚ ਵੰਡੀ ਹੋਈ ਹੈ ਉਹਨੂੰ ਇੱਕ ਮੁੱਠ ਕਰਕੇ ਏਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੇ ਸਿਧਾਂਤ ਉੱਤੇ ਲੈ ਕੇ ਚੱਲਣ ਦੇ ਵਾਸਤੇ ਸਾਨੂੰ ਕਿਹੜੇ-ਕਿਹੜੇ ਉਪਰਾਲੇ ਜਿਹੜੇ ਨੇ ਕਰਨੇ ਚਾਹੀਦੇ ਨੇ ਸੋ ਉਮੀਦ ਕਰਦਾ ਕਿਤਾਬਵਾਰ ਦਿੱਤੀ ਜਾਣਕਾਰੀ ਆਪ ਜੀ ਨੂੰ ਚੰਗੀ ਲੱਗੀ ਹੋਵੇਗੀ ਸੋ ਮਿਲਦੇ ਆ ਅਗਲੇ ਐਪੀਸੋਡ ਵਿੱਚ ਇੱਕ ਹੋਰ ਨਵੀਂ ਕਿਤਾਬ ਦੇ ਨਾਲ ਉਹਦੇ ਰੂਬਰੂ ਕਰਾਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ